ਸਤਿ ਸ਼੍ਰੀ ਅਕਾਲ ਜੀ, ਮੈਂ ਰੀਨਾ ਧੀਮਾਨ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਲਓ ਜੀ, ਮੌਸਮ ਦੀ ਗੱਲ ਕਰ ਲਈ ਜਾਵੇ ਤਾਂ ਮੌਸਮ ਵਿੱਚ ਕਾਫੀ ਤਬਦੀਲੀ ਆ ਚੁੱਕੀ ਹੈ। ਸਵੇਰੇ ਵੀ ਜਿਹੜੀ ਕਿ ਧੁੰਦ ਪੈਣੀ ਸ਼ੁਰੂ ਹੋ ਗਈ ਹੈ, ਜਿਹਦੇ ਚੱਲਦੇ ਤੁਸੀਂ ਵੀ ਜੇਕਰ ਸਵੇਰ ਦੇ ਸਮੇਂ ਜਾਂ ਫਿਰ ਸ਼ਾਮ ਦੇ ਸਮੇਂ ਤੁਸੀਂ ਘਰ ਤੋਂ ਬਾਹਰ ਹੁੰਦੇ ਹੋ ਅਤੇ ਆਪਣੇ ਘਰ ਨੂੰ ਵਾਪਿਸ ਆਉਂਦੇ ਤਾਂ ਆਪਣੇ ਵਾਹਨਾਂ ਦੀ ਰਫ਼ਤਾਰ ਥੋੜ੍ਹੀ ਜਿਹੀ ਘੱਟ ਰੱਖਿਆ ਕਰਿਓ, ਕਿਉਂਕਿ ਹੁਣ ਲਗਾਤਾਰ ਧੁੰਦ ਦੇ ਕਰਕੇ ਸੜਕ ਹਾਦਸੇ ਵਾਪਰੇ ਨੇ। ਤਾਜ਼ੀਆਂ ਤਸਵੀਰਾਂ ਫਿਲੌਰ ਤੋਂ ਸਾਹਮਣੇ ਆ, ਜਿੱਥੇ ਕਿ ਬਹੁਤ ਹੀ ਵੱਡਾ ਜਿਹੜਾ ਸੜਕ ਹਾਦਸਾ ਵਾਪਰਿਆ। ਸਕਰੀਨ 'ਤੇ ਚੱਲ ਰਹੀਆਂ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੱਸ ਦੇ ਫਰੰਟ ਸਾਈਡ ਦੇ ਜਿਹੜੇ ਕਿ ਪਰਖਚੇ ਉੱਡ ਚੁੱਕੇ ਨੇ, ਦੂਜੇ ਪਾਸੇ ਜਿਸ ਦੇ ਨਾਲ ਕੈਂਟਰ ਦੇ ਨਾਲ ਇਸਦਾ ਜਿਹੜਾ ਕਿ ਜਿਹੜਾ ਸੜਕ ਹਾਦਸਾ ਵਾਪਰਿਆ ਉਸਦਾ ਵੀ ਜਿਹੜਾ ਕਿ ਪੂਰਾ ਨੁਕਸਾਨ ਹੋ ਚੁੱਕਿਆ। ਪਰ ਦੱਸਿਆ ਜਾ ਰਿਹਾ ਕਿ ਇਸਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਜਿਹੜਾ ਕਿ ਬਚਾਅ ਰਹਿ ਗਿਆ, ਪਰ ਮਾਲੀ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ। ਅਤੇ ਦੱਸਿਆ ਜਾ ਰਿਹਾ ਕਿ ਬੱਸ ਦੇ ਵਿੱਚ 7 ਤੋਂ 10 ਸਵਾਰੀਆਂ ਸਵਾਰ ਸੀ, ਜਿਨ੍ਹਾਂ ਦਾ ਬਚਾਅ ਹੋ ਗਿਆ। ਪਰ ਦੂਜੇ ਪਾਸੇ ਜਿਹੜਾ ਕਿ ਡਰਾਈਵਰ ਸੀਗਾ, ਜਿਹੜਾ ਜਿਸਦੇ ਨਾਲ ਜਿਹੜੀ ਟੱਕਰ ਹੋਈ ਹੈ, ਉਹ ਵੀ ਜਿਹੜਾ ਕਿ ਜ਼ਖਮੀ ਹੋਇਆ, ਪਰ ਜਾਨੀ ਨੁਕਸਾਨ ਤੋਂ ਜਿਹੜਾ ਕਿ ਬਚਾਅ ਹੋ ਗਿਆ। ਉੱਥੇ ਹੀ ਅਸੀਂ ਬਿਆਨ ਸੁਣਦੇ ਹਾਂ ਕਿ ਆਖਰ ਇਹ ਹਾਦਸਾ ਵਾਪਰਿਆ ਕਿਵੇਂ ਸੀ ਅਤੇ ਕਿਹੜਾ ਕਿਹੜਾ ਨੁਕਸਾਨ ਹੋਇਆ। ਹਾਂਜੀ, ਅਤੇ ਫਲੋਰ ਖੜ੍ਹੇ ਆ ਜੀ, ਅਤੇ ਫਲੋਰ ਸਮਾਚਾਰ ਮਿਲਿਆ ਸੀਗਾ, ਇੱਕ ਐਕਸੀਡੈਂਟ ਹੋਇਆ ਬੱਸ ਦਾ ਅਤੇ ਟਿੱਪਰ ਦਾ, ਅਤੇ ਹਾਲਾਤ ਦੇਖ ਸਕਦੇ ਤੁਸੀਂ। ਭਰਾਵਾਂ ਧਿਆਨ ਨਾਲ ਬਚਾ ਕੇ, ਆਹ ਟਿੱਪਰ ਹੈ ਜੀ, 6 ਦੇ ਵਿੱਚ ਗੱਡੀ ਬੱਚੀ ਹੈ। ਅਤੇ ਬਾਈ ਪਲੀਜ਼ ਧਿਆਨ ਨਾਲ, ਕਿਉਂਕਿ ਧੁੰਦ ਬਹੁਤ ਜ਼ਿਆਦਾ ਆ, ਜਿਹਦੇ ਕਰਕੇ ਇੱਕ ਕੈਜੁਅਲਟੀ ਹੋ ਰਹੀ ਆ। ਮੇਰਾ ਨਾਮ ਰਾਜੇਸ਼। ਇਹ ਬੱਸ ਆਪਕੀ ਹੈ? ਹਾਂ, ਆਪਣੀ ਹੈ। ਕੈਸੇ ਹੁਆ ਯੇ ਐਕਸੀਡੈਂਟ? ਕੋਹਰਾ ਲਗਾ ਹੁਆ ਥਾ, ਯੇ ਟਰੱਕ ਵਾਲੇ ਨੇ ਮੂੰਹ ਕਾਟ ਦਿਆ ਹੈ ਇਸੇ। ਕਹਾਂ ਸੇ ਆ ਰਹੇ ਥੇ? ਹਮ ਤੋ ਜੰਮੂ ਸੇ ਆ ਰਹੇ ਥੇ। ਕਿਆ ਕਹਾ ਰਹੇ ਥੇ? ਦੇਹਰਾਦੂਨ। ਅੱਛਾ, ਇਸਮੇ ਸਵਾਰੀ ਵਗੈਰਾ ਵੀ ਥੀ? ਜੀ ਨਾ। ਕਿਤਨਾ ਨੁਕਸਾਨ ਹੁਆ ਜੋ ਸਵਾਰੀ ਥੀ ਉਸਕਾ ਬਚਾਅ ਹੋ ਗਿਆ? ਸਭ ਕਾ ਬਚਾਅ। ਸਵਾਰੀ ਕਿਤਨੀ ਥੀ ਇਸਮੇ? ਹਾਂ, 7-10 ਸਵਾਰੀ, 5-7 ਸਵਾਰੀ ਥੀ। ਔਰ ਜੋ ਟਰੱਕ ਵਾਲਾ ਹੈ ਉਸਕਾ ਕਿਆ ਹਾਲ ਹੈ? ਵੋ ਉਸਕਾ ਬਚਾਅ ਹੋ ਗਿਆ? ਉਸਕਾ ਬਚ ਰਿਹਾ, ਵੋ ਵੀ ਬਚ ਗਿਆ। ਬਚ ਗਿਆ, ਚਲੋ। ਦੋਸਤੋ, ਬਚਾਅ ਹੋ ਗਿਆ ਜੀ। ਇੱਥੇ ਕੋਈ ਵੀ ਜਿਹੜੀ ਜਾਨੀ ਨੁਕਸਾਨ ਨਹੀਂ ਗਿਆ, ਪਰ ਮਾਲੀ ਨੁਕਸਾਨ ਕਾਫੀ ਹੋ ਗਿਆ ਆ। ਦੇਖ ਸਕਦੇ ਹਾਂ ਬੱਸ ਦੇ ਵੀ ਲਗਭਗ ਮੋਰਲੀ ਸਾਈਡ ਜਿਹੜੀ ਆ ਪਰਖੱਚੇ ਉੱਡ ਚੁੱਕੇ ਨੇ, ਅਤੇ ਉਧਰਲੇ ਪਾਸੇ ਟਰੱਕ ਦੇ ਵੀ ਸਾਰੇ ਦੇ ਸਾਰੇ ਪਰਖੱਚੇ ਉੱਡ ਚੁੱਕੇ ਨੇ ਜੀ। ਆਹ ਦੇਖ ਸਕਦੇ ਹੋ ਹਾਲਾਤ ਇਸ ਵਕਤ ਬਾਈ, ਸੱਟ ਸੁੱਟ ਨਹੀਂ ਬਚਾਇਆ। ਸੋ ਦੱਸ ਦੇ ਕਿ ਮੌਸਮ ਦੇ ਵਿੱਚ ਬਦਲਾਅ ਹੋਣ ਦੇ ਕਰਕੇ ਹੁਣ ਸਵੇਰੇ ਅਤੇ ਸ਼ਾਮ ਨੂੰ ਜਿਹੜੀ ਕਿ ਧੁੰਦ ਪੈਂਦੀ ਹੈ, ਇਸ ਕਰਕੇ ਹੁਣ ਲੋਕਾਂ ਨੂੰ ਆਪਣੇ ਵਾਹਨ ਹੌਲੀ ਚਲਾਉਣੇ ਚਾਹੀਦੇ ਨੇ ਅਤੇ ਬਾਹਰ ਜਾਣ ਸਮੇਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਕਿ ਕਿਸੇ ਤਰੀਕੇ ਦਾ ਕੋਈ ਹਾਦਸਾ ਨਾ ਵਾਪਰ ਸਕੇ। ਬਿਊਰੋ ਰਿਪੋਰਟ, ਛਿਣਕਾਟਾ ਨਿਊਜ਼।